ਅਸਲਾਮੁਅਲੈਕਮ ਜੀ, ਟਰੈਕਟਰ ਪੁਆਇੰਟ ਯੂਟਿਊਬ ਚੈਨਲ 'ਚ ਖੁਸ਼ ਆਮਦੀ ਜੀ। ਦੋਸਤੋ, 60 ਵਾਲਾ ਰੂਟਾਵੇਟਰ ਆ ਉਹ ਕਾਹੜੇ ਦਾ ਬਣਿਆ ਹੋਇਆ? ਕਪੂਰ ਵਾਲਿਆਂ ਦਾ। ਅਤੇ ਹਾਜੀ ਸਾਹਿਬ ਹੁਣ ਵਾਲਾ ਰੂਸੀ ਟਰੈਕਟਰ MTZ50। ਅਤੇ ਮੈਂ ਕਿਹਾ ਦੋਸਤਾਂ ਨਾਲ ਪਰਫੋਰਮੈਂਸ ਵੀਡੀਓ ਸ਼ੇਅਰ ਕਰ ਦਿੰਦੇ ਹਾਂ। ਇਸ ਰੂਟਰ ਦੀ ਆਪਾਂ ਵੈਸੇ ਵੀ ਪਹਿਲੇ ਵੀ ਇੱਕ ਦਫਾ ਵੀਡੀਓ ਬਣਾਈ ਆ ਜੀ, ਅਤੇ ਯੂਜ਼ਰ ਰਿਵਿਊ ਇਹਦਾ ਇੱਕ ਵਾਰੀ ਦਿੱਤਾ ਹੋਇਆ। ਅਤੇ ਪਰਫੋਰਮੈਂਸ ਵੀਡੀਓ ਹੁਣ ਵਾ ਜੀ, ਰੂਸੀ ਟਰੈਕਟਰ ਆ ਅਤੇ ਪਹਿਲੇ ਗੇਅਰ 'ਚ ਚੱਲ ਰਿਹਾ ਜੀ ਇਹ। ਪੂਰਾ ਇੱਕ ਦੁਹਾੜਾ ਥਾਂ ਜੀ, ਅਤੇ ਮੀਂਹ ਨਾਲ ਬਾਰਿਸ਼ ਦੀ ਵਜ੍ਹਾ ਨਾਲ ਕਹਿ ਲਓ ਕਿ ਇਹ ਲੇਟ ਹੋ ਗਿਆ ਜੀ ਵਾਹੁਣ ਦੁੱਖੋਂ। ਅਤੇ ਇਹਦੇ ਵਿੱਚ ਹੁਣ ਕਹਿ ਲਓ ਕਿ 5 ਫਾਲਾ ਫੇਰਿਆ ਇਹਨਾਂ ਨੇ, 5 ਫਾਲਾ ਚੀਜ਼ਰ। ਉਸ ਤੋਂ ਬਾਅਦ ਕਹਿ ਲਓ ਕਿ ਮਿੱਟੀ ਬਰੀਕ ਕਰ ਲੈਣਾ ਇਹਦੇ ਵਿੱਚ ਹੁਣ ਰੂਟਰ ਜਿਹੜਾ ਉਹਨਾਂ ਨੇ ਚਲਾਇਆ, ਇਸ ਕਰਕੇ ਇਹਦੇ ਵਿੱਚ ਕਣਕ ਉਹਨਾਂ ਨੇ ਬੀਜਣੀ ਆ ਭਾਈ ਹਾਜੀ ਸਾਹਿਬ ਹੁਣਾਂ ਨੇ। ਰਹਿਣ ਲੈ ਕੇ ਗਏ ਆ ਜੀ ਐਂ ਦੀ ਇੱਕ ਫੇਰਾ, ਅਤੇ ਹੁਣ ਦਿਖਾਉਂਦੇ ਹਾਂ ਜੀ। ਲੈਂਕਾਂ ਟੈਂਟ ਕਰਨ ਦਏ ਸੀਗੇ ਜੀ, ਸੰਗਲ ਵਗੈਰਾ, ਅਤੇ ਉਹ ਸੈੱਟ ਕੀਤੇ ਆ ਜੀ, ਹੁਣ ਦਿਖਾਉਂਦੇ ਹਾਂ ਤੁਹਾਨੂੰ। ਵਾਲਾ ਰੂਟਾਵੇਟਰ ਕਪੂਰ ਥਲ ਜ਼ਰਈ ਵਰਕਸ਼ਾਪ ਮਦੀਨਾ ਮਾਰਕੀਟ ਉਕਾੜਾ ਦਾ ਬਣਿਆ ਹੋਇਆ ਜੀ ਰੂਟਰ ਇਹ। ਦੋਸਤੋ, ਜਿੰਨੀ ਮਿੱਟੀ ਬਰੀਕ ਹੋਣੀ ਚਾਹੀਦੀ ਆ ਨਾ, ਉਨੀ ਹੋ ਨਹੀਂ ਰਹੀ, ਲੇਕਿਨ ਗੁਜ਼ਾਰਾ ਹੋ ਰਿਹਾ ਵਾ। ਅਤੇ ਨਵੇਂ ਬਲੇਡ ਆ, ਇਹਨੂੰ ਕਹਿ ਲਓ ਕਿ ਥੋੜ੍ਹਾ ਜਿਹਾ ਕਹਿ ਲਓ ਕਿ ਇਹਨੇ ਪਹਿਲੇ 4-5 ਕਿੱਲੇ ਕਤਰਾਈ ਹੋਈ ਹੈ ਇਸ ਰੂਟਰ ਦੇ ਨਾਲ, ਮਤਲਬ ਦੁਬਾਰਾ ਬਲੇਡ ਇਹਦੇ ਚੇਂਜ ਕੀਤੇ ਸੀ। ਉਸ ਤੋਂ ਬਾਅਦ 5-6 ਕਿੱਲੇ ਦੀ ਕਤਰਾਈ ਹੋਈ ਆ, ਅਤੇ ਕਹਿ ਲਓ ਕਿ ਜਾਂ ਫਿਰ ਅੱਜ ਲੈ ਕੇ ਆਏ ਆ। ਅਤੇ ਫਿਰ ਵੀ ਜਿੰਨੀ ਮਿੱਟੀ ਬਰੀਕ ਹੋਣੀ ਚਾਹੀਦੀ ਆ ਉਨੀ ਹੋ ਨਹੀਂ ਰਹੀ। ਅਤੇ ਬਾਕੀ ਕਹਿ ਲਓ ਕਿ ਇਹ ਵੱਢ ਜਿਹੜਾ ਸਖਤ ਵੀ ਬਹੁਤ ਆ ਜੀ।
ਮਿੱਟੀ ਬਰੀਕ ਹੋ ਰਹੀ ਆ ਅਤੇ ਬਾਕੀ ਕਹਿ ਲਓ ਕਿ ਵੀਡੀਓ ਲਾਜ਼ਮੀ ਦੇਖਿਓ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ, ਔਰ ਕਮੈਂਟ ਕਰਕੇ ਵੀ ਲਾਜ਼ਮੀ ਦੱਸਿਓ ਜੀ ਦੋਸਤੋ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ ਇਹ। ਬਹੁਤ ਸ਼ੁਕਰੀਆ, ਅੱਲਾ ਹਾਫਿਜ਼, ਥੈਂਕ ਯੂ ਫਾਰ ਵਾਚ ਟਰੈਕਟਰ ਪੁਆਇੰਟ।